ਜੇਕਰ ਤੁਸੀਂ ਵਿਆਹ ਸ਼ਾਦੀ ਦਾ ਕੱਪੜਾ ਤਿਆਰ ਕਰਨ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਅੰਮ੍ਰਿਤਸਰ ਦੀ ਸਭ ਤੋਂ ਮਸ਼ਹੂਰ ਤੇ ਪੁਰਾਣੀ ਦੁਕਾਨ ਮੇਰ ਸਿੰਘ ਸੁਜਾਨ ਸਿੰਘ ਦੀ ਦੁਕਾਨ ਤੇ ਲੈ ਕੇ ਪਹੁੰਚੇ ਹਾਂ ਜਿੱਥੇ ਕਿ ਤੁਹਾਨੂੰ ਇੱਕ ਛੱਤ ਥੱਲੇ ਸੂਟਾਂ ਤੋਂ ਲੈ ਕੇ ਸ਼ਰਾਰਿਆਂ ਤੋਂ ਲੈ ਕੇ ਗਰਾਰਿਆਂ ਤੋਂ ਲੈ ਕੇ ਲਹਿੰਗਿਆਂ ਤੱਕ ਏ ਟੂ ਜ਼ੈਡ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਉਹ ਇੱਕੋ ਛੱਤ ਥੱਲੇ ਹਾਜ਼ਰ ਮਿਲੂਗੀ। ਮਾਰਕੀਟ ਦੇ ਵਿੱਚ 8000 ਤੋਂ ਥੱਲੇ ਨਹੀਂ ਮਿਲੇਗਾ। ਜੇ ਤੁਸੀਂ ਫਾਇਦੇ ਦੀ ਗੱਲ ਕੀਤੀ ਨਾ ਭਾਜੀ, ਇਹ ਮੇਰੀ ਸ਼ਾਪ ਤੇ ਆ ਜਾਓ ਭਾਜੀ, 2250 ਰੁਪਏ ਪ੍ਰਾਈਸ ਹੈਗਾ ਦਾ। ਸੋ ਲਓ ਜੀ, ਵੀਡੀਓ ਦੀ ਸ਼ੁਰੂਆਤ ਤੇ ਸਭ ਤੋਂ ਵੱਡਾ ਧਮਾਕਾ ਡਰੈਸ ਦੇਖ ਲਓ, ਸਿਰਫ ਤੇ ਸਿਰਫ 2250 ਦੇ ਵਿੱਚ ਇਹ ਤੁਹਾਨੂੰ ਮਿਲਣੀ ਆ, ਪਰ ਮਿਲਣੀ ਸਿਰਫ ਮੇਰ ਸਿੰਘ ਸੁਜਾਨ ਸਿੰਘ ਦੀ ਦੁਕਾਨ ਤੋਂ ਆ। ਸੋ ਗੱਡੀਆਂ ਕੱਢੋ ਤੇ ਛੇਤੀ ਛੇਤੀ ਆ ਜਾਓ। ਇਹ ਪ੍ਰਫੂਲ ਬ੍ਰਾਂਡ ਦਾ ਹੈਗਾ ਲੇਕਿਨ ਕਾਟਨ ਬੇਸ ਹੈ। ਜੇ ਮੈਂ ਭਾਜੀ ਮਾਲ ਦੀ ਗੱਲ ਕਰਾਂ ਨਾ ਭਾਜੀ, ਮੈਂ ਨਾਲ ਲਈ ਲੈਂਦਾ ਬੀਬਾ ਸ਼ੋਰੂਮ ਦੇ ਵਿੱਚ ਭਾਜੀ, ਇਹ ਜਿਹੜੀ ਚੀਜ਼ਾਂ ਹੈਗੀਆਂ ਨਾ 2200 ਰੁਪਏ ਦੀ ਵਿਕਦੇ ਵੀ ਜੀ। ਇਹ ਦੇਖਣਾ ਭਾਜੀ, ਇਹ ਦੁਪੱਟਾ ਚੈੱਕ ਕਰ ਲਓ, ਫੁੱਲ ਪਿਓਰ ਦਾ ਹੈਗਾ। ਮੇਰੇ ਸਟੋਰ ਤੇ ਆ ਜਾਓ ਭਾਜੀ, 550 ਰੁਪਏ ਰੇਟ ਹੈਗਾ ਇਹਦਾ। ਭਾਜੀ ਤੁਸੀਂ ਕਰੀ ਕੀ ਜਾਣਦੇ ਜੀ, ਇਹ ਸਾਰੀਆਂ ਚੀਜ਼ਾਂ ਸਮੇਂ ਤੋਂ ਬਾਹਰ ਆ, 550 ਦੇ ਵਿੱਚ ਬ੍ਰਾਂਡਡ ਘਰਾਂ ਦੇ ਮਾਲ ਦੇ ਰਹੇ ਜੀ। ਇਹ ਤੇ ਹੈਰਾਨ ਕਰ ਰਹੇ ਜੀ ਤੁਸੀਂ। ਮੈਂ ਕਿਹਾ ਭਾਜੀ ਉਹੀ ਗੱਲ ਹੈ ਨਾ, ਬ੍ਰਾਂਡਡ ਘਰਾਂ ਦੇ ਮਾਲ ਦਿੰਦੇ ਪਏ, 100 ਤੋਂ ਪਲੱਸ ਬ੍ਰਾਂਡ ਨਾਲ ਕੰਮ ਕਰਦੇ ਪਏ, 1000 ਤੋਂ ਪਲੱਸ ਡਿਜ਼ਾਈਨ ਸਾਡੇ ਸਟੋਰ ਤੇ ਹੈਗੇ, ਫਿਰ ਹਜ਼ਾਰਾਂ ਨਾਲ ਜਿਹੜੇ ਡਿਜ਼ਾਈਨ ਹੈਗੇ ਨਾ ਭਾਜੀ, ਕਲਰ ਵੀ ਇੱਕ ਤੋਂ ਵੱਧ ਕਰ ਇੱਕ ਹੈਗਾ। ਇਹਦੇ 'ਚ ਸਾਰਾ ਮੀਨਾਕਰੀ ਦਾ ਕੰਮ ਹੈ ਭਾਜੀ। ਇਹਦੇ 'ਚ ਅਸੀਂ ਘੱਟੋ ਘੱਟ 17 ਤਰ੍ਹਾਂ ਦੀ ਐਮਬਰਾਇਡਰੀ ਕਰਵਾਉਂਦੇ ਪਏ ਇਹ ਲਹਿੰਗੇ ਦੇ। ਸੋ ਦੇਖੋ ਜੀ, ਇੱਕ ਲਹਿੰਗੇ ਦੇ ਉੱਤੇ 17 ਤਰੀਕੇ ਦੀ ਐਮਬਰਾਇਡਰੀ। ਸਭ ਤੋਂ ਵੱਡੀ ਗੱਲ ਹੈ ਭਾਜੀ, ਇਹ ਲਹਿੰਗਾ ਬਣਵਾਉਣ ਲੱਗੇ ਘੱਟੋ ਘੱਟ ਸਾਨੂੰ 1.5 ਮਹੀਨਾ ਲੱਗ ਗਿਆ, ਫਿਰ ਜਾ ਕੇ ਇਹਦੇ ਨਾਲ ਦੇ ਲਹਿੰਗਾ ਤਿਆਰ ਹੋਇਆ ਭਾਜੀ। ਸੋ ਭਾਜੀ ਜੇਕਰ ਰੇਂਜ ਦੀ ਗੱਲ ਕੀਤੀ ਜਾਵੇ, ਇਸ ਤਰ੍ਹਾਂ ਦੇ ਜਿਸ ਤਰ੍ਹਾਂ ਲਗਜ਼ਰੀ ਲਹਿੰਗੇ ਆ, ਲਗਜ਼ਰੀ ਵੈਰਾਈਟੀਆਂ ਵਾ, ਰੇਂਜ ਕਿਸ ਤਰ੍ਹਾਂ ਦੀ ਮਿਲੂਗੀ? ਮੈਂ ਕਿਹਾ ਸਰ ਰੇਂਜ ਤੁਹਾਨੂੰ ਦਵਾਂਗੇ, ਸਰਪ੍ਰਾਈਜ਼ ਹੈ ਜੀ। ਇਹ ਜਿਹੜਾ ਲਹਿੰਗਾ ਹੈਗਾ ਨਾ ਭਾਜੀ, ਮੈਨੂੰ ਇੰਨਾ ਵਿਸ਼ਵਾਸ ਹੈਗਾ ਭਾਜੀ, ਤੁਹਾਨੂੰ ਇਹ 40000 ਤੋਂ ਥੱਲੇ ਕਿਸੇ ਨੇ ਨਹੀਂ ਦੇਣਾ। ਬਿਲਕੁਲ ਜੀ, ਮੇਰੇ ਸਟੋਰ ਤੇ ਆ ਜਾਓ ਭਾਜੀ, ਇਹਦਾ 13300 ਰੁਪਏ ਰੇਟ ਹੈ। ਭਾਜੀ ਕੀ ਗੱਲ ਕਰਨ ਦੇ ਜੀ, 13300? ਮੈਂ ਤੁਹਾਨੂੰ ਕੀ ਕਿਹਾ ਸੀ ਭਾਜੀ, ਮੈਂ ਸਰਪ੍ਰਾਈਜ਼ ਦੇਣਾ, 13300 ਰੁਪਏ ਦਾ ਨੈਟ ਪ੍ਰਾਈਸ ਲੱਗੇਗਾ ਭਾਜੀ। ਵਕਾਇਦਾ ਇੱਕ ਹੋਰ ਆਫਰ ਦਵਾਂਗੇ ਭਾਜੀ ਜੀ, ਇਹ ਸਟੀਚਿੰਗ ਵੀ ਇੱਥੇ ਹੀ ਕਰਵਾ ਕੇ ਦਵਾਂਗੇ। ਜਿਹੜਾ ਮੈਂ ਤੁਹਾਨੂੰ ਨੈਕਸਟ ਆਰਟੀਕਲ ਦਿਖਾਉਣ ਲੱਗਾ ਨਾ ਭਾਜੀ, ਇਹ ਡਿਜ਼ਾਈਨ ਦਾ ਨਾਂ ਹੈਗਾ ਭਾਜੀ ਜਲਵਾ। ਇਹ ਪਹਿਲਾਂ ਚੈੱਕ ਕਰਿਓ ਭਾਜੀ। ਸੋ ਦੇਖੋ ਜੀ, ਰੈੱਡ ਕਲਰ ਦੇ ਵਿੱਚ ਕਿੰਨਾ ਪਿਆਰਾ ਪੀਸ ਨਜ਼ਾਰੇਦਾਰ ਆਰਟੀਕਲ, ਦੁਪੱਟਾ ਦੇਖੋ ਯਾਰ, ਵਾਹ ਜੀ ਵਾਹ। ਭਾਜੀ ਇਹਦੇ 'ਚ ਅਸੀਂ ਨਾ ਦੋ ਤਰ੍ਹਾਂ ਦੀ ਖੂਬੀ ਲਿਆਂਦੀ। ਪਹਿਲਾਂ ਤੇ ਅਸੀਂ ਜਲਵਾ ਲਿਆਂਦਾ ਭਾਜੀ, ਸੂਟ ਦੇ ਉੱਤੇ ਜੋ ਐਮਬ੍ਰਾਇਡਰੀ ਕਰਵਾਉਂਦੇ ਪਏ ਨਾ ਭਾਜੀ ਜੀ, ਗੋਟਾ ਪੱਤੀ ਦੇ ਨਾਲ ਨਾਲ ਅਸੀਂ ਮਿਰਰ ਦਾ ਕੰਮ ਕਰਵਾਉਂਦੇ ਪਏ, ਨਾਲ ਦੁਪੱਟੇ ਦਾ ਸਟਾਈਲ ਚੈੱਕ ਕਰ ਲਓ ਭਾਜੀ। ਹਾਂਜੀ ਸਤਿ ਸ਼੍ਰੀ ਅਕਾਲ ਸਰ। ਹਾਂਜੀ ਮੈਂ ਜਗਜੀਤ ਸਿੰਘ। ਸਰ ਕਿਸ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਲੱਗੀ ਜੀ ਇੱਥੇ, ਬਾਜ਼ਾਰ ਨਾਲੋਂ ਕੀ ਫਰਕ ਹੈ ਵੈਰਾਈਟੀ ਦਾ? ਬਾਜ਼ਾਰ ਨਾਲੋਂ ਕਾਫੀ ਸਸਤੀ ਤੇ ਪਾਇਦਾਰ ਵੈਰਾਈਟੀ ਮਿਲਦੀ। ਸੋ ਬਿਲਕੁਲ ਜੀ, ਬਹੁਤ ਹੀ ਜਿਸ ਤਰ੍ਹਾਂ ਕਸਟਮਰ ਜਿਹੜੇ ਆਉਂਦੇ ਆ, ਤੁਸੀਂ ਦੇਖੋ ਜੈਨੂਇਨ ਰਿਵਿਊ ਅਸੀਂ ਤੁਹਾਨੂੰ ਦਿਖਾ ਰਹੇ ਆ ਆਪਣੇ ਭਰਾਵਾਂ ਵਾਸਤੇ। ਸਭ ਤੋਂ ਵੱਡੀ ਗੱਲ ਹੈ, ਕੁਰਤੇ ਪਜਾਮੇ ਦੀ ਭਾਜੀ ਆਫਰ ਲਾਤੀ ਪਹਿਲੀ ਗੱਲ ਤੇ। ਜਿਹੜਾ ਕੁਰਤਾ ਪਜਾਮਾ ਨਾ ਭਾਜੀ, ਮੇਰੇ ਕੋਲ ਸ਼ੁਰੂਆਤ ਇੱਥੋਂ ਹੋ ਜਾਂਦਾ। ਇਹ ਦੇਖਣਾ ਪਿਓਰ ਕਾਟਨ ਦਾ ਕੁਰਤਾ ਪਜਾਮਾ ਭਾਜੀ, ਮੇਰੇ ਕੋਲ ਆ ਜਾਓ, 350 ਰੁਪਏ ਦਾ ਮਿਲੇਗਾ। ਮਾਰਕੀਟ ਦੇ ਵਿੱਚ 600 ਰੁਪਏ ਦਾ ਵਿਕਦਾ ਪਿਆ। ਜੇ 350 ਦੇ ਵਿੱਚ 5 ਮੀਟਰ ਭਾਜੀ, 350 ਰੁਪਏ 'ਚ 5 ਮੀਟਰ, ਫਿਰ ਰੰਗ ਮੇਰੇ ਕੋਲ ਇੱਕ ਨਹੀਂ ਹੈਗੇ ਭਾਜੀ, 12 ਰੰਗ ਹੈਗੇ। ਮੈਂ ਇਹ ਆਰਟੀਕਲ ਦੀ ਗੱਲ ਕਰਾਂ ਨਾ ਭਾਜੀ, ਇਹ ਵੀ ਫੈਸ਼ਨ ਡਿਜ਼ਾਈਨਰ ਦਾ ਭਾਜੀ ਪੀਸ ਲਿਆਂਦਾ ਜੀ। ਇਹ ਦੇਖਣਾ ਭਾਜੀ, ਇਹ ਆਏਗਾ ਕ੍ਰੋਪ, ਰਾਈਟ? ਇਹਦੇ ਨਾਲ ਆਏਗੀ ਡਿਜ਼ਾਈਨਰ ਸਕਰਟ। ਇਹ ਦੇਖੋ ਭਾਜੀ, ਇਹ ਸਕਰਟ ਵੀ ਕੋਈ ਆਮ ਨਹੀਂ, ਸਾਰਾ ਡਿਜ਼ਾਈਨਰ ਕਨਸੈਪਟ ਹੈ ਤੇ ਪੂਰਾ ਮਿਰਰ ਵਰਕ ਕਰਵਾਇਆ ਭਾਜੀ। ਭਾਜੀ ਬਹੁਤ ਪਿਆਰਾ ਕਨਸੈਪਟ ਹੈ, 2 ਟੋਨ ਕਲਰ ਹੈ ਜੀ, ਇਹਦੇ ਬਾਰੇ ਜਰੂਰ ਜਾਣਕਾਰੀ ਦਿਓ ਜੀ। ਭਾਜੀ ਇਹ ਬਹੁਤ ਖੂਬਸੂਰਤੀ ਨਾਲ ਸੀ ਇਹ ਡਰੈਸ ਲਿਆਂਦੀ ਭਾਜੀ, ਸੱਭਿਆਸਾਚੀ ਦਾ ਡਿਜ਼ਾਈਨ ਹੈ, ਬਟ ਇਹ ਡਿਜ਼ਾਈਨ ਅਸੀਂ ਆਪਣੇ ਲੇਬਰ ਕੋ ਬਣਵਾਉਂਦੇ ਪਏ, ਅਦਰਵਾਈਜ਼ ਤੁਸੀਂ ਉਹਨਾਂ ਦੇ ਸ਼ੋਰੂਮ 'ਚ ਦੇਖ ਲਓ। ਇਹਦਾ ਪ੍ਰਾਈਸ ਭਾਜੀ 38000 ਰੁਪਏ, ਮੇਰੇ ਸ਼ੋਰੂਮ 'ਚ ਆ ਜਾਓ ਭਾਜੀ। ਕ੍ਰੋਪ ਟੌਪ ਦੀ ਸਟਾਰਟਿੰਗ 2200 ਤੋਂ ਹੋ ਜਾਂਦੀ ਜੀ। ਇਹ ਜਿਹੜਾ ਤੁਹਾਨੂੰ ਮੈਂ ਫੈਬਰਿਕ ਦਿਖਾਉਣ ਲੱਗਾ ਨਾ ਭਾਜੀ, ਇਹ ਕੁਆਲਿਟੀ ਚੈੱਕ ਕਰੋ ਪਹਿਲਾਂ ਕੁਰਤੇ ਪਹਿਨੇ ਦੀ। ਇਹ ਤੇ ਭਾਜੀ ਮੁੰਡਿਆਂ ਦੀ ਆਣ ਬਾਣ ਤੇ ਸ਼ਾਨ ਆ, ਪੇਪਰ ਕੋਟਨ ਆ ਇਹ ਭਾਜੀ, ਇਟਾਲੀਅਨ ਫੈਬਰਿਕ ਹੈ ਜੀ, ਬ੍ਰਾਂਡ ਦੀ ਆਈਟਮ ਹੈ ਜੀ। ਮੈਂ ਪ੍ਰਾਈਸ ਦੀ ਗੱਲ ਕਰਾਂ ਨਾ ਭਾਜੀ, 3000 ਤੋਂ ਥੱਲੇ ਨਹੀਂ ਮਿਲੇਗਾ। ਮੇਰੇ ਸਟੋਰ ਤੇ ਆ ਜਾਓ, 800 ਰੁਪਏ ਤੋਂ ਥੱਲੇ ਸ਼ੁਰੂ ਹੋ ਜਾਂਦਾ ਲਾ ਭਾਜੀ। ਪੇਪਰ ਕੋਟਨ ਭਾਜੀ 800 ਰੁਪਏ ਤੋਂ ਸ਼ੁਰੂ ਹੋ ਜਾਂਦਾ ਪੇਪਰ ਕੋਟਨ ਮੇਰੇ ਕੋ ਭਾਜੀ। ਪੇਪਰ ਕੋਟਨ 'ਚ ਇੱਕ ਵੈਰਾਈਟੀ ਨਹੀਂ ਹੈਗੀ ਭਾਜੀ, ਪੇਪਰ ਕੋਟਨ ਦੇ ਵਿੱਚ ਮੇਰੇ ਕੋ 12 ਤਰ੍ਹਾਂ ਦੇ ਬ੍ਰਾਂਡ ਹੈ ਤੇ 12 ਤਰ੍ਹਾਂ ਦੇ ਫੈਬਰਿਕ ਹੈ ਭਾਜੀ। ਇਹ ਡਿਜ਼ਾਈਨ ਦਾ ਨਾਂ ਹੈਗਾ ਤੂਫਾਨ ਜੀ। ਇਹ ਦੇਖਣਾ ਭਾਜੀ, ਜੇ ਡਿਜ਼ਾਈਨ ਦਾ ਨਾਂ ਸੀ ਤੂਫਾਨ ਰੱਖਿਆ ਨਾ ਭਾਜੀ, ਇਹ ਤੂਫਾਨ ਵਾਂਗੂ ਭਜਦਾ ਭਾਜੀ। ਇਹ ਚੈੱਕ ਕਰੋ ਡਿਜ਼ਾਈਨ, ਇਹ ਦੇਖਣਾ ਇਹ ਭਾਜੀ, ਫਿਰ ਨੈਚੁਰਲ ਕੁਆਲਿਟੀ ਲਿਆਂਦੀ ਨਾ ਭਾਜੀ, ਇਹ ਫੀਲ ਕਰਕੇ ਵੇਖੋ ਤੁਸੀਂ। ਬਿਲਕੁਲ ਜੀ ਬਿਲਕੁਲ ਭਾਜੀ, ਨੈਚੁਰਲ ਕੁਆਲਿਟੀ ਲਿਆਂਦੀ, ਡਿਜੀਟਲ ਪ੍ਰਿੰਟ ਹੈ, ਪ੍ਰਿੰਟ ਦੇ ਉੱਤੇ ਅਸੀਂ ਬਲੌਕ ਕਰਵਾਉਂਦੇ ਪਏ, ਨਾਲ ਦਿੰਦੇ ਪਏ ਫੁੱਲ ਪਿਓਰ ਦਾ ਦੁਪੱਟਾ। ਚੈੱਕ ਕਰੋ, ਤੁਸੀਂ ਕਹਿ ਰਹੇ ਜੀ ਹੱਥ ਲਾ ਕੇ ਵੇਖੋ, ਯਾਰ ਹੱਥ ਲਾ ਕੇ ਵੀ ਨਹੀਂ ਕੱਪੜੇ ਨੂੰ ਵੇਖਣ ਦੀ ਲੋੜ, ਕੱਪੜਾ ਅੱਖਾਂ ਹੀ ਦੱਸਦੀਆਂ ਕਿ ਕਿੰਨਾ ਪਿਆਰਾ ਯਾਰ, ਬਹੁਤ ਸੋਹਣਾ। ਚੈੱਕ ਕਰ ਲਓ, ਬੁੱਕਲੈਟਸ ਦੀ ਆਈਟਮ ਹੈ, ਤੂਫਾਨ ਮੇਲ ਦੀ ਆਈਟਮ ਹੈ ਭਾਜੀ। ਜੇ ਮੈਂ ਪ੍ਰਾਈਸ ਦੀ ਗੱਲ ਕਰਾਂ ਨਾ ਭਾਜੀ, ਜੇ ਮੈਂ ਪ੍ਰਾਈਸ ਦੀ ਗੱਲ ਕਰਾਂ ਨਾ ਭਾਜੀ, 800 ਤੇ 5 ਰੁਪਏ ਦਾ ਦੇਣਾ।
ਇਹ ਸਮਝੋ ਕਿ 804 ਵੀ ਨਹੀਂ ਲੱਗਣੇ ਭਾਜੀ। ਇਹ ਦੇਖੋ ਭਾਜੀ ਤੁਸੀਂ ਤੇ ਕਮਾਲ ਕਰ ਰਹੇ ਜੀ ਯਾਰ, ਇਹੋ ਜਿਹੇ ਆਰਟੀਕਲ ਤਕਰੀਬਨ ਤੇ ਬਾਜ਼ਾਰਾਂ ਦੇ ਵਿੱਚ ਪਹਿਲੀ ਗੱਲ ਤੇ ਲੋਕੀ ਕਹਿੰਦੇ ਆ ਵੀ ਉਹਨੇ ਦਾ ਦੇਣੇ ਦਾ ਸੀ, ਕਹਿੰਦੇ ਇਹੋ ਜਿਹੇ ਆਰਟੀਕਲ ਤੁਹਾਨੂੰ ਮਿਲਣੇ ਹੀ ਨਹੀਂ। ਪੂਰੇ ਸੈਟੀਸਫਾਈਡ ਹੋ ਜੀ ਫਿਰ ਵੈਰਾਈਟੀ ਤੋਂ? ਬਿਲਕੁਲ ਸੈਟੀਸਫਾਈ ਹਾਂ ਜੀ, ਫਿਰ ਐਡੀ ਇਸੇ ਕਰਕੇ ਤੇ ਐਡੀ ਦੂਰ ਤੋਂ ਆਏ ਆ। ਉਹ ਸ਼ਹਿਰ ਤੋਂ ਬਾਹਰੋਂ ਆਏ ਹੋ ਕਿੱਥੇ? ਗਾਰਡਨ ਐਨਕਲੇਵ ਜੀ, ਠੀਕ ਨਾ? ਉੱਥੋਂ ਆਏ ਹਾਂ ਤਾਂ ਮੈਂ ਜਦੋਂ ਵੀ ਕੋਈ ਚੀਜ਼ ਲੈਣੀ ਹੁੰਦੀ ਹੈ ਅਸੀਂ ਮੇਅਰ ਸਿੰਘ ਸੁਜਾਨਸੀ ਉਹਨਾਂ ਕੋਲ ਹੀ ਆਉਂਦੇ ਹਾਂ, ਕਿਉਂਕਿ ਇੱਥੇ ਸਾਨੂੰ ਸੈਟੀਸਫੈਕਸ਼ਨ ਮਿਲਦੀ ਹੈ। ਹਾਂਜੀ ਮੈਮ, ਫਿਰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਸੂਟਾਂ ਦੀ ਕਲੈਕਸ਼ਨ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ ਲੱਗ ਰਹੀ ਹੈ। ਸੋ ਤੁਸੀਂ ਹਮੇਸ਼ਾ ਇੱਥੇ ਹੀ ਜੀ? ਹਾਂਜੀ, ਇੱਥੇ ਸ਼ੋਪਿੰਗ ਹੁੰਦੀ ਹੈ। ਸੋ ਤੁਸੀਂ ਦੇਖ ਸਕਦੇ ਜੀ ਕਿ ਜਿਹੜੀ ਖੁਸ਼ੀ ਹੈ ਨਾ ਕਸਟਮਰ ਦੇ ਚਿਹਰੇ ਦੇ ਉੱਤੇ, ਉਹੀ ਬਿਆਨ ਕਰਦੀ ਆ ਕਿ ਵਾਕਈ ਜਿਹੜੀਆਂ ਗੱਲਾਂ ਕਹਿ ਰਹੇ ਆ ਜੈਨੂਅਨ ਆ, ਜਿਹੜੀਆਂ ਵੈਰਾਈਟੀਆਂ ਦਿਖਾ ਰਹੇ ਆ ਜੈਨੂਅਨ ਆ, ਜਿਹੜੇ ਰੇਟ ਦੇ ਰਹੇ ਆ ਉਹ ਵੀ ਜੈਨੂਅਨ ਆ। ਦੇਖਣਾ ਭਾਜੀ, ਨੈਕਸਟ ਆਰਟੀਕਲ ਦੀ ਗੱਲ ਕਰਾਂ ਨਾ, ਇਹ ਪ੍ਰਫੂਲ ਬ੍ਰਾਂਡ ਹੈ ਭਾਜੀ ਜੀ। ਇਹ ਦੇਖਣਾ, ਬਹੁਤ ਸਮਾਰਟ ਪ੍ਰਿੰਟ ਹੈ, ਬਹੁਤ ਸਵੀਟ ਕਨਸੈਪਟ ਹੈ। ਇਹ ਨਾਲ ਆਏਗੀ ਚੋਲੀ, ਇਦਾਂ ਦੇ ਕਨਸੈਪਟ, ਇਦਾਂ ਦੇ ਕਨਸੈਪਟ ਮੇਰੇ ਕੋਲ ਆ ਜਾਓ ਭਾਜੀ। ਇਹਨਾਂ ਦੇ ਸਟਾਰਟਿੰਗ 3000 ਤੋਂ ਹੋ ਜਾਂਦੇ। ਨੈਕਸਟ ਆਰਟੀਕਲ ਦਿਖਾਉਣ ਲੱਗਾ ਨਾ ਭਾਜੀ, ਇਹ ਫਰੋਕ ਸੂਟ ਹੈ ਭਾਜੀ। ਇਹ ਦੇਖਣਾ, ਇਹਦੇ 'ਚ ਅਸੀਂ ਸਿੰਗਲ ਟੋਨ ਐਮਬਰਾਇਡਰੀ ਲਿਆਂਦੀ, ਮਾਈਕਰੋ ਪਲ ਵਰਕ, ਬੜੀ ਖੂਬਸੂਰਤੀ ਨਾਲ ਬਣਵਾਇਆ ਭਾਜੀ। ਜੇ ਮੈਂ ਫੈਸ਼ਨ ਡਿਜ਼ਾਈਨਰ ਦੀ ਗੱਲ ਕਰਾਂ ਭਾਜੀ, 15-15 ਹਜ਼ਾਰ ਰੁਪਏ ਦੀ ਇਹ ਡਰੈਸਸ ਵਿਕਦੇ ਪਏ ਜੀ। ਮੇਰੇ ਸਟੋਰ ਤੇ ਆ ਜਾਓ, ਫਰੋਕ ਸੂਟ ਭਾਜੀ 2200 ਰੁਪਏ ਤੋਂ ਸ਼ੁਰੂ ਹੋ ਜਾਂਦਾ। ਭਾਜੀ ਕੀ ਗੱਲ ਕਰਨ ਦੇ ਜੇ 2200 ਤੋਂ ਸ਼ੁਰੂਆਤ ਹੈ? ਭਾਜੀ ਮੇਰੇ ਕੋਲ 2200 ਤੋਂ ਸਟਾਰਟਿੰਗ ਹੈਗੀ ਫਰੋਕ ਸੂਟ ਦੀ, ਲੇਕਿਨ ਡਿਜ਼ਾਈਨ ਇਦਾਂ ਦੇ ਦਿਖਾ ਦਾਂਗੇ ਨਾ ਭਾਜੀ, ਤਬੀਅਤ ਖੁਸ਼ ਹੋ ਜਾਏਗੀ। ਇੰਨਾ ਮੈਨੂੰ ਕੰਫੀਡੈਂਸ ਹੈਗਾ ਆਪਣੇ ਕੰਮ ਤੇ। ਮਹਾਰਾਣੀ ਵਾਲਾ ਸਟਾਈਲ ਹੈ, ਆਪਾਂ ਰਾਣੀ ਵਾਲੇ ਸਟਾਈਲ ਤੇ ਕਾਫੀ ਦੇਖੇ ਨਾ, ਇਹ ਮਹਾਰਾਣੀ ਵਾਲਾ ਸਟਾਈਲ ਹੈ। ਫਿਰ ਕਲਰ ਦੇਖੋ ਭਾਜੀ ਕਿੰਨਾ ਸੋਹਣਾ ਰਾਣੀ ਕਲਰ। ਇਹ ਦੇਖਣਾ ਫਰੰਟ ਦੇ ਨਾਲ ਬੈਕ ਦੇਖੋ ਕਿੰਨੀ ਸੋਹਣੀ ਬਣਾਈ ਭਾਜੀ। ਇਹ ਚੈੱਕ ਕਰਨਾ ਭਾਜੀ, ਪਿਆਰਾ ਆਰਟੀਕਲ ਭਾਜੀ, ਜਿੰਨਾ ਪਿਆਰਾ ਆਰਟੀਕਲ ਉਹਨਾਂ ਹੀ ਪਿਆਰਾ ਕਲਰ, ਬਹੁਤ ਹੀ ਲਾਜਵਾਬ ਭਾਜੀ। ਮੈਂ ਦਿੱਲੀ ਦੇ ਸ਼ੋਰੂਮ 'ਚ ਗਿਆ ਸੀ ਚਾਂਦਨੀ ਚੌਂਕ ਦੇ ਵਿੱਚ, ਸ਼ੋਰੂਮ ਦਾ ਨਾਮ ਨਹੀਂ ਲੈਣਾ ਚਾਹੁੰਦਾ, ਪਿਆਰ ਬੜਾ ਹੈਗਾ ਉਹਨਾਂ ਦੇ ਨਾਲ। ਉੱਥੇ ਜਾ ਕੇ ਭਾਜੀ ਜਦੋਂ ਮੈਂ ਪ੍ਰਾਈਸ ਸੁਣਿਆ ਨਾ ਭਾਜੀ, 42,000 ਰੁਪਏ ਦਾ ਵੇਚਦੇ ਪਏ, ਮੇਰੇ ਹੋਸ਼ ਉੜ ਗਏ ਭਾਜੀ। ਮੇਰੇ ਸਟੋਰ ਦੇ ਵਿੱਚ 9900 ਦਾ ਭਾਜੀ। ਇਹ ਜਿਹੜਾ ਗਲੇ ਦੇ ਉੱਤੇ ਵਰਕ ਕੀਤਾ ਹੋਇਆ, ਇਹ ਕਿਹੜਾ ਕੀਤਾ ਹੋਇਆ ਜੀ? ਬਹੁਤ ਹੀ ਪਿਆਰਾ ਲੱਗ ਰਿਹਾ ਇਹ ਭਾਜੀ। ਮੈਂ ਤੁਹਾਨੂੰ ਗੌਰ ਨਾਲ ਦਿਖਾਉਣਾ ਚਾਹੁੰਦਾ, ਇਹਦੇ 'ਚ ਨਾ ਸਿੰਗਲ ਟੋਨ ਅਸੀਂ ਸੀਕੁਐਂਸ ਦਾ ਕੰਮ ਕਰਵਾਇਆ, ਫਿਰ ਇਹਦੇ 'ਚ ਅਸੀਂ ਨਕਸ਼ੀ ਦਾ ਕੰਮ ਕਰਵਾਇਆ, ਫਿਰ ਇਹਦੇ 'ਚ ਅਸੀਂ ਰੇਸ਼ਮ ਦਾ ਕੰਮ ਕਰਵਾਇਆ, ਫਿਰ ਇਹਦੇ 'ਚ ਬੜਾ ਸੋਹਣਾ ਪਿੱਟਾ ਜ਼ਰੀ ਦਾ ਕੰਮ ਕਰਵਾਇਆ। ਇਹ ਘੱਟੋ ਘੱਟ ਅਸੀਂ ਇਹਦੇ 'ਚ 6-7 ਤਰ੍ਹਾਂ ਦੀ ਐਮਬਰਾਇਡਰੀ ਕਰਵਾਈ ਭਾਜੀ। ਇਹ ਲਹਿੰਗੇ ਦਾ ਨਾਂ ਹੈਗਾ ਜਲਵਾ। ਇਹ ਪਹਿਲਾਂ ਲਹਿੰਗਾ ਚੈੱਕ ਕਰਨਾ ਭਾਜੀ, ਇਹ ਲਹਿੰਗੇ ਦਾ ਨਾਂ ਹੈਗਾ ਜਲਵਾ। ਇਹਦੇ 'ਚ ਸਾਰਾ ਜਰਕਨ ਦਾ ਕੰਮ ਹੈ ਭਾਜੀ, ਜਿਹੜਾ ਜਰਕਨ ਦੇ ਨਾਲ ਅਸੀਂ ਰੇਸ਼ਮ ਦਾ ਕੰਮ ਕਰਵਾਇਆ ਨਾ ਭਾਜੀ, ਬਹੁਤ ਯੂਨੀਕ ਕੰਮ ਕਰਵਾਇਆ। ਇਹ ਦੇਖਣਾ ਲਹਿੰਗਾ, ਦੇਖਣਾ ਭਾਜੀ। ਸੋ ਬਹੁਤ ਹੀ ਪਿਆਰਾ ਲਹਿੰਗਾ ਜੀ, ਤੁਸੀਂ ਇੱਧਰ ਦੇਖੋ, ਇਹ ਦੇਖਣਾ ਲਹਿੰਗਾ ਤੇ ਬੜਾ ਪਿਆਰਾ ਹੈਗਾ, ਲੇਕਿਨ ਜਿਹੜਾ ਦੁਪੱਟਾ ਹੈਗਾ ਨਾ ਭਾਜੀ, ਇਹ ਦੁਪੱਟੇ ਦੀ ਤੁਸੀਂ ਟੌਰ ਦੇਖੋ, ਪਹਿਲਾਂ ਆਪ ਦੇਖੋ ਭਾਜੀ। ਸੋ ਦੇਖੋ ਜੀ ਕਿੰਨਾ ਪਿਆਰਾ ਦੁਪੱਟਾ, ਨਾਲ ਦੀ ਨਾਲ ਲਹਿੰਗਾ ਦੇਖੋ ਤੁਸੀਂ, ਦਿਲ ਖੁਸ਼ ਹੋ ਗਿਆ ਜਿਹਨੂੰ ਕਹਿੰਦੇ ਨਾ। ਦੇਖੋ ਕਿੰਨੀਆਂ ਪਿਆਰੀਆਂ ਪਿਆਰੀਆਂ ਵੈਰਾਈਟੀਆਂ ਵਾ, ਇੱਕ ਤੋਂ ਇੱਕ ਪਿਆਰੇ ਆਰਟੀਕਲ, ਇੱਕ ਪਿਆਰੇ ਡਿਜ਼ਾਈਨ। ਇਹ ਵਰਲਡ ਦਾ ਬੈਸਟ ਫੈਸ਼ਨ ਡਿਜ਼ਾਈਨਰ ਹੈ ਭਾਜੀ, ਤਰੁਣ ਦੋਲਾ ਨੇ ਜੀ। ਜੇ ਮੈਂ ਇਹ ਆਰਟੀਕਲ ਦੀ ਗੱਲ ਕਰਾਂ ਨਾ ਭਾਜੀ, ਜੇ ਮੈਂ ਪਰਸਨਲੀ ਐਡਵਾਈਸ ਕਰਾਂ ਨਾ ਭਾਜੀ, ਇਹ ਮੇਰਾ ਫੇਵਰਟ ਪੀਸ ਹੈ। ਇਹਦੇ 'ਚ ਅਸੀਂ ਪਿੱਟਾ ਜ਼ਰੀ ਦਾ ਕੰਮ ਕਰਵਾਉਂਦੇ ਪਏ ਤੇ ਪਲੱਸ ਮਾਈਕਰੋ ਪਲ ਵਰਕ ਕਰਵਾਉਂਦੇ ਪਏ। ਇਹ ਦੇਖਣਾ, ਇਹ ਨਾਲ ਆਏਗਾ ਡਿਜ਼ਾਈਨਰ ਇਹਦੇ ਸਕਰਟ। ਸੋ ਦੇਖੋ ਜੀ ਨਜ਼ਾਰੇਦਾਰ ਵੈਰਾਈਟੀਆਂ, ਵਰਕ ਵੇਖੋ ਤੁਸੀਂ, ਬਹੁਤ ਹੀ ਜ਼ਿਆਦਾ ਸਫਾਈ ਦੇ ਵਿੱਚ ਕੀਤਾ ਹੋਇਆ ਨਜ਼ਾਰੇਦਾਰ ਆਰਟੀਕਲ। ਸੋ ਇੱਕ ਤੋਂ ਇੱਕ ਲਗਜ਼ਰੀ ਵੈਰਾਈਟੀਆਂ ਭਾਜੀ ਦਿਖਾ ਰਹੇ ਆ। ਇਹਦੀ ਭਾਜੀ ਰੀਸੈਂਟਲੀ ਹਲੇ ਲਾਂਚਿੰਗ ਹੋਈ, ਹਲੇ ਮਤਲਬ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਐਡਵਾਈਨ ਹਲੇ ਦੇਖੋਗੇ ਨਹੀਂ। ਲਹਿੰਗਾ ਇੱਕ ਨਹੀਂ ਹੈ ਭਾਜੀ ਜੀ, ਲਹਿੰਗੇ ਮੇਰੇ ਕੋਲ ਇੱਧਰ ਵੇਖੋ, ਕਿਉਂਕਿ ਹਰ ਇੱਕ ਵੀਡੀਓ ਦੇ ਵਿੱਚ ਲੱਖਾਂ ਚੀਜ਼ਾਂ ਅਸੀਂ ਦਿਖਾ ਨਹੀਂ ਸਕਦੇ। ਇਹ ਚੈੱਕ ਕਰ ਲਓ ਭਾਜੀ, ਬੜੇ ਬੜੇ ਸੋਹਣੇ ਡਿਜ਼ਾਈਨਰ ਦੀ ਆਈਟਮਾਂ, ਬੜੇ ਬੜੇ ਸੋਹਣੇ ਇਹ ਸਟਾਈਲ ਤੇ ਬੜੀ ਬੜੀ ਸੋਹਣੀ ਖੂਬਸੂਰਤੀ ਨਾਲ ਅਸੀਂ ਬਣਵਾਇਆ। ਇਹ ਦੇਖ ਸਕਦੇ ਹੋ ਭਾਜੀ, ਇਹ ਟੋਟਲ ਸੈਕਸ਼ਨ ਲਹਿੰਗੇ ਦਾ ਹੈਗਾ ਮੇਰੇ ਕੋਲ, ਸਾਰੇ ਲਹਿੰਗੇ ਦਾ ਸੈਕਸ਼ਨ। ਹਾਂਜੀ ਭਾਜੀ, ਲਹਿੰਗੇ ਦੇ ਵਿੱਚ ਇੱਕ ਮੈਂ ਸਰਪ੍ਰਾਈਜ਼ ਵਾਲੀ ਹੋਰ ਚੀਜ਼ਾਂ ਦਿਖਾਵਾਂਗਾ ਨਾਨ ਬ੍ਰਾਈਡਲ ਜੀ, ਉਹ ਤੁਹਾਨੂੰ ਮੈਂ ਐਂਡ ਤੇ ਸਰਪ੍ਰਾਈਜ਼ ਦਵਾਂਗਾ ਭਾਜੀ। ਭਾਜੀ ਜਿਹੜਾ ਆਰਟੀਕਲ ਹੈ ਨਾ ਭਾਜੀ, ਇਹ ਬਹੁਤ ਖੂਬਸੂਰਤ ਆਰਟੀਕਲ ਹੈ। ਇਹ ਦੇਖਣਾ ਭਾਜੀ, ਬਹੁਤ ਜੈਨੂਅਨ ਪ੍ਰਾਈਸ ਹੈ। ਕੀ ਰੇਟ ਦੇ ਰਹੇ ਹੋ ਇਹ ਭਾਜੀ? 6200 ਰੁਪਏ ਦਾ ਲੱਗੇਗਾ ਭਾਜੀ। ਕੀ ਗੱਲ ਕਰਦੇ ਨੇ, ਬਾਜ਼ਾਰ ਦੇ ਵਿੱਚ 12-15 ਹਜ਼ਾਰ ਤੋਂ ਘੱਟ ਨਹੀਂ ਮਿਲਦਾ, ਤੁਸੀਂ 6200 ਕਹਿ ਰਹੇ ਹੋ? ਤੁਸੀਂ ਮੇਰੀ ਗੱਲ ਛੇਨ ਲੈਣਾ ਭਾਜੀ ਜੀ, ਇਹ ਮਾਰਕੀਟ ਦੇ ਵਿੱਚ 13,300 ਰੁਪਏ ਦਾ ਵਿਕਦਾ ਪਿਆ, ਮੇਰੇ ਸਟੋਰ ਤੇ ਆ ਜਾਓ, 6200 ਪ੍ਰਾਈਸ ਹੈ। ਡਿਜ਼ਾਈਨ ਬਹੁਤ ਸੋਹਣਾ ਹੈਗਾ ਭਾਜੀ, ਇਹ ਚੈੱਕ ਕਰੋ ਭਾਜੀ। ਇਹਦੇ ਨਾਲ ਆਏਗਾ ਕਲਰ ਕੰਬੀਨੇਸ਼ਨ ਦੁਪੱਟਾ, ਦੁਪੱਟੇ ਦਾ ਸਟਾਈਲ ਬੜਾ ਪਿਆਰਾ ਹੈਗਾ। ਇਹ ਦੇਖੋ ਜੀ, ਕਿਉਂਕਿ ਨਾ ਭਾਜੀ ਲੱਖਾਂ ਚੀਜ਼ਾਂ ਅਸੀਂ ਵੀਡੀਓ ਦੇ ਵਿੱਚ ਨਹੀਂ ਦਿਖਾ ਸਕਦੇ, ਤੁਸੀਂ ਦੁਪੱਟੇ ਦਾ ਸਟਾਈਲ ਦੇਖੋ ਕਿੰਨਾ ਸੋਹਣਾ ਹੈਗਾ ਭਾਜੀ। ਸੋ ਬਿਲਕੁਲ ਜੀ, ਦੁਪੱਟੇ ਦਾ ਡਿਜ਼ਾਈਨ ਬਹੁਤ ਸੋਹਣਾ ਵਾ, ਸੂਟ ਬਹੁਤ ਸੋਹਣਾ ਵਾ। ਜੇਕਰ ਇਹੋ ਜਿਹੀਆਂ ਪਿਆਰੀਆਂ ਪਿਆਰੀਆਂ ਵੈਰਾਈਟੀਆਂ ਲੈਣੀਆਂ, ਆ ਇੱਧਰ ਲਓ ਜੀ। ਭਾਜੀ ਨੇ ਇੱਕ ਹੋਰ ਆਰਟੀਕਲ ਖੋਲਤਾ ਜੇ, ਬਹੁਤ ਹੀ ਪਿਆਰਾ ਆਰਟੀਕਲ, ਲਾਜਵਾਬ। ਫਿਰ ਭਾਜੀ ਇਹ ਆਰਟੀਕਲ ਦੇਖੋ, ਫਿਰ ਇਹ ਦੇਖਣਾ, ਇਹ ਸਾਰਾ
ਇਹ ਨਾਲ ਲੈਂਦਾ ਪੰਖੋੜੀ ਦਾ ਸਟਾਈਲ ਦੁਪੱਟੇ ਦੇ ਵਿੱਚ। ਦੁਪੱਟੇ ਦਾ ਸਟਾਈਲ ਦੇਖੋ ਭਾਜੀ। ਸੋ ਦੇਖੋ ਜੀ ਆਹ ਚੀਜ਼ਾਂ ਹੁੰਦੀਆਂ ਵਾ ਜਿਹੜੀਆਂ ਆਮ ਦੁਕਾਨਾਂ ਦੇ ਉੱਤੇ ਤੁਹਾਨੂੰ ਨਹੀਂ ਮਿਲਣੀਆਂ, ਇਸੇ ਲਈ ਅਸੀਂ ਤੁਹਾਨੂੰ ਕਹਿ ਰਹੇ ਹਾਂ ਜੇਕਰ ਚੁਣਿੰਦਾ ਚੀਜ਼ਾਂ ਲੈਣੀਆਂ ਵਾ, ਜੇਕਰ ਲਗਜ਼ਰੀ ਚੀਜ਼ਾਂ ਲੈਣੀਆਂ ਵਾ, ਲਗਜ਼ਰੀ ਵਰਾਈਟੀਆਂ ਲੈਣੀਆਂ ਵਾ, ਫਿਰ ਇੱਕੋ ਇੱਕ ਦੁਕਾਨ ਆ ਮੇਹਰ ਸਿੰਘ ਸੁਜਾਨ ਸਿੰਘ ਦੀ ਦੁਕਾਨ। ਤੁਹਾਨੂੰ ਨੈਕਸਟ ਆਰਟੀਕਲ ਦਿਖਾਉਣ ਲੱਗਾ ਨਾ ਭਾਜੀ, ਇਹਦੇ 'ਚ ਸਾਰਾ ਅਸੀਂ ਜਰੀ ਦਾ ਕੰਮ ਕਰਵਾਇਆ, ਤੁਸੀਂ ਚੈੱਕ ਕਰੋ ਭਾਜੀ। ਭਾਜੀ ਜਿਸ ਤਰ੍ਹਾਂ ਤੁਸੀਂ ਲਹਿੰਗਾ ਕਹਿ ਰਹੇ ਸੀ ਨਾ ਕਿ ਜਲਵਾ, ਇਹ ਪੀਸ ਵੀ ਜਲਵਾ ਯਾਰ, ਬਹੁਤ ਹੀ ਪਿਆਰਾ ਆਰਟੀਕਲ ਇਹ ਭਾਜੀ, ਪੰਜਾਬੀ 'ਚ ਕਹਿੰਦੇ ਇਹਨੂੰ ਇਸ਼ਕ ਜੀ। ਇਹ ਡਿਜ਼ਾਈਨ ਚੈੱਕ ਕਰੋ ਕਿੰਨਾ ਜ਼ਬਰਦਸਤ ਡਿਜ਼ਾਈਨ ਹੈ ਭਾਜੀ, ਇਹ ਦੇਖੋ। ਜੇ ਮੈਂ ਨੈਕਸਟ ਆਰਟੀਕਲ ਦੀ ਗੱਲ ਕਰਾਂ ਨਾ ਭਾਜੀ, ਆਏ ਹਾਏ ਹਾਏ ਇਹ ਵਾਹ ਕਮਾਲ ਹੈ ਭਾਜੀ, ਇਹ ਪੀਸ ਦੇਖੋ ਤੁਸੀਂ। ਇਹਦੇ 'ਚ ਨਾ ਅਸੀਂ ਇੱਕ ਹੋਰ ਖੂਬਸੂਰਤੀ ਦਿੱਤੀ, ਇਹਦੀ ਬੈਕ ਅਸੀਂ ਸੇਮ ਬਣਵਾਉਂਦੇ ਹੋਏ ਭਾਜੀ। ਮੈਂ ਡਿਜ਼ਾਈਨਰ ਦਾ ਸੇਮ ਪੀਸ ਦੇਖਿਆ ਭਾਜੀ, ਉਹਨਾਂ ਨੇ ਬੈਕ ਨਹੀਂ ਬਣਾਈ ਜੀ, ਲੇਕਿਨ ਉਹਨਾਂ ਦਾ ਪ੍ਰਾਈਸ ਜਦੋਂ ਮੈਂ ਚੈੱਕ ਕੀਤਾ ਨਾ ਭਾਜੀ 32,500 ਰੁਪਏ, ਮੈਂ ਖੁਦ ਮੇਰੇ ਹੋਸ਼ ਉੜ ਗਏ ਕਿ ਹਾਂ ਵੀ 32,000 ਦਾ ਕੀ ਵੇਚਦੇ ਪਏ। ਲੇਕਿਨ ਮੇਰੇ ਸਟੋਰ 'ਤੇ ਆ ਜਾਓ ਭਾਜੀ, ਫਰੰਟ ਵੀ ਬਣਾਈ ਬੈਕ ਵੀ ਬਣਾਈ, ਅਤੇ ਪ੍ਰਾਈਜ਼ ਅਸੀਂ 32,000 ਨਹੀਂ ਦੇਣਾ, 30,000 ਨਹੀਂ ਦੇਣਾ, 20,000 ਨਹੀਂ ਦੇਣਾ, ਕਿੰਨਾ 15,000 ਕਰਤਾ ਜੀ ਫਿਰ? ਮੈਂ ਕਿਹਾ ਭਾਜੀ 15,000 ਵੀ ਨਹੀਂ ਦੇਣਾ, ਇਹਦਾ ਪ੍ਰਾਈਸ ਲਾਤਾ ਭਾਜੀ 9,900। ਜਿਹੜਾ ਨੈਕਸਟ ਆਰਟੀਕਲ ਲਿਆਂਦਾ ਨਾ ਭਾਜੀ, ਇਹ ਦੇਖਣਾ ਭਾਜੀ, ਇਸ ਸੂਟ ਦਾ ਨਾਂ ਹੈਗਾ ਭਾਜੀ ਖੂਬਸੂਰਤੀ ਦਾ ਭੰਡਾਰ ਜੀ। ਇਹ ਪਹਿਲਾਂ ਤੁਸੀਂ ਚੈੱਕ ਕਰੋ ਭਾਜੀ, ਇਹ ਪੂਰਾ ਪਾਰਸੀ ਵਰਕ ਹੈ ਭਾਜੀ, ਇਹਦੇ 'ਚ ਅਸੀਂ ਸਿੰਗਲ ਵਰਕ ਕਰਵਾਇਆ ਭਾਜੀ। ਜੇ ਮੈਂ ਕਢਾਈ ਦੀ ਗੱਲ ਕਰਾਂ ਨਾ, ਇਹਦੇ 'ਚ ਅਸੀਂ ਸਿੰਗਲ ਵਰਕ ਕਰਵਾਇਆ, ਪੂਰਾ ਥਰੈਡ ਵਰਕ। ਇਹ ਦੇਖਣਾ, ਬੁਟੀਕਾਂ ਮੇਰੇ ਕੋਲ ਆਉਂਦੀਆਂ ਭਾਜੀ ਕਿ ਸਾਨੂੰ ਸੇਮ ਚੀਜ਼ ਦੇ ਦਿਓ, ਅਸੀਂ ਮਤਲਬ ਕਿ ਗਾੜੀ ਅਸੀਂ ਵੇਚਣਾ, ਅਤੇ ਉਹਨਾਂ ਨੇ ਭਾਜੀ 10-10,000 ਰੁਪਏ ਦਾ ਸੇਲ ਕਰਨਾ। ਇਹ ਦੇਖਣਾ ਭਾਜੀ, ਜੇ ਮੈਂ ਪ੍ਰਾਈਸ ਦੀ ਗੱਲ ਕਰਾਂ ਨਾ ਭਾਜੀ, ਮੇਰਾ ਤੁਹਾਡੇ ਨਾਲ ਪ੍ਰੋਮਿਸ ਹੈਗਾ, ਜਿਹੜਾ ਵੀ ਵਿਊਵਰਸ ਮੇਰੇ ਕੋਲ ਆਏਗਾ ਨਾ ਭਾਜੀ, ਇਹ ਦੇਖਣਾ ਭਾਜੀ, ਇਹ ਪ੍ਰੋਮਿਸ ਬਰਕਰਾਰ ਰਹੂਗਾ। ਇਹ ਜਿਹੜਾ ਪ੍ਰਾਈਸ ਹੈ ਨਾ ਭਾਜੀ, ਸਸਪੈਂਸ ਰੱਖਣਾ ਕਿਉਂਕਿ ਹਾਲੇ ਇਹਦਾ ਬਿੱਲ ਨਹੀਂ ਆਇਆ। ਇਹ ਕੰਬੀਨੇਸ਼ਨ ਚੈੱਕ ਕਰਨਾ ਭਾਜੀ। ਸੋ ਭਾਜੀ ਤਕਰੀਬਨ ਮਾਰਕੀਟ ਦੇ ਵਿੱਚ ਕੀ ਹੁੰਦਾ ਵਾ ਕਿ ਫਰੰਟ ਤੇ ਸਾਰੇ ਦਿਖਾ ਦਿੰਦੇ ਆ, ਪਰ ਮੈਂ ਜਿੰਨੇ ਵੀ ਆਰਟੀਕਲ ਦੇਖ ਰਿਹਾ ਵਾ ਤੁਸੀਂ ਬੈਕ ਦੇ ਉੱਤੇ ਵਰਕ ਕੀਤਾ ਹੋਇਆ, ਬਹੁਤ ਨਜ਼ਾਰੇ ਯਾਰ। ਭਾਜੀ ਇਹੀ ਤੇ ਗੱਲ ਹੈਗੀ ਨਾ, ਇਹ ਦੇਖਣਾ, ਤਾਂ ਹੀ ਤਾਂ ਸਾਡੇ ਸਟੋਰ ਦਾ ਨਾਮ ਹੈਗਾ ਵਿਸ਼ਵਾਸ ਦਾ ਘਰ ਮੇਹਰ ਸਿੰਘ ਸੁਜਾਨ ਸਿੰਘ। ਇਹ ਦੇਖਣਾ, ਇਹਦੀ ਬੈਕ ਵੀ ਅਸੀਂ ਬਣਵਾਈ ਭਾਜੀ, ਇਹ ਆਰਟੀਕਲ ਦੇਖੋ ਕਿੰਨਾ ਸੋਹਣਾ ਹੈਗਾ। ਇਹਦੇ 'ਚ ਅਸੀਂ ਸਿੰਗਲ ਟੋਨ ਕਰਵਾਈ ਭਾਜੀ, ਸਾਰਾ ਪਾਊਂਡ ਵਰਕ ਹੈ। ਇਹ ਦੇਖਣਾ, ਸਾਰਾ ਕਾਪਰ ਦਾ ਕੰਮ ਕਰਵਾਇਆ, ਫਿਰ ਇਹਦਾ ਸਕਲਟ ਦੇਖੋ ਭਾਜੀ ਕਿੰਨਾ ਸੋਹਣਾ ਹੈਗਾ। ਭਾਜੀ ਵਰਕ ਹਰ ਇੱਕ ਪੀਸ ਤੇ ਦੇਖ ਰਹੇ ਹਾਂ, ਵੱਖਰਾ ਯੂਨੀਕ, ਇਸ ਵਰਕ ਦੇ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ, ਕਿਹੜਾ ਵਰਕ ਕੀਤਾ? ਇਹਦੇ 'ਚ ਭਾਜੀ ਸਾਰਾ ਪਾਊਂਡ ਵਰਕ ਹੈ, ਇਹ ਫਿਲਹਾਲ ਤੁਹਾਨੂੰ ਕਿੱਥੇ ਦੇਖਣ ਨੂੰ ਮਿਲੇਗਾ ਨੇ, ਇੰਨਾ ਤੇ ਮੈਨੂੰ ਵੀ ਵਿਸ਼ਵਾਸ ਹੈ। ਦੇਖਣਾ, ਸਾਰਾ ਪਾਊਂਡ ਵਰਕ ਹੈ ਭਾਜੀ, ਸਾਰਾ ਕਾਪਰ ਦਾ ਕੰਮ ਕਰਵਾਇਆ ਇਹਦੇ 'ਚ। ਜਿੱਦਾਂ ਤਾਜ ਮਹਿਲ ਦੀ ਖੂਬਸੂਰਤੀ ਨੂੰ ਕੋਈ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਨਾ ਜੀ, ਉਸੇ ਤਰ੍ਹਾਂ ਇਹ ਆਰਟੀਕਲ ਹੈ ਭਾਜੀ। ਇਹ ਦੇਖਣਾ ਭਾਜੀ, ਇਹ ਆਏਗੀ ਇਹਦੀ ਚੋਲੀ ਜੀ, ਠੀਕ ਹੈ ਜੀ, ਇਹ ਆਏਗਾ ਇਹਦੇ ਨਾਲ ਡਿਜ਼ਾਈਨਰ ਸ਼ਰੱਗ। ਚੈੱਕ ਕਰੋ ਪਹਿਲਾਂ ਭਾਜੀ ਡਿਜ਼ਾਈਨ, ਜਿਹੜਾ ਸ਼ਰਗ ਦਾ ਅਸੀਂ ਫਰੰਟ ਬਣਾਇਆ ਨਾ, ਉਸੇ ਤਰ੍ਹਾਂ ਇਹਦੀ ਬੈਕ ਬਣਾਈ ਹੈਗੇ। ਇਹ ਦੇਖਣਾ, ਇਹ ਨਾਲ ਆਏਗੀ ਡਿਜ਼ਾਈਨਰ ਬੈਕ, ਠੀਕ ਹੈ ਜੀ, ਇਹ ਆਏਗਾ ਇਹਦੇ ਨਾਲ ਭਾਜੀ ਖੁੱਲ੍ਹੇ ਪੌਂਚੇ ਵਾਲਾ ਸ਼ਰਾਰਾ। ਚੈੱਕ ਕਰੋ ਭਾਜੀ, ਖੁੱਲ੍ਹੇ ਪੌਂਚੇ ਵਾਲਾ ਸ਼ਰਾਰਾ, ਫਿਰ ਇਹਦੇ ਨਾਲ ਅਸੀਂ ਡਿਜ਼ਾਈਨਰ ਦੁਪੱਟਾ ਦਿੰਦੇ ਪਏ, ਫਿਰ ਅਸੀਂ ਡਿਜ਼ਾਈਨਰ ਵਾਲੇ ਰੇਟ ਨਹੀਂ ਦੇਣੇ ਪਹਿਲੇ। ਪਹਿਲੀ ਗੱਲ ਤਾਂ ਭਾਜੀ, ਡਿਜ਼ਾਈਨਰ ਨੇ ਵੀ ਇਹ ਚੀਜ਼ ਨਹੀਂ ਬਣਾ ਸਕਣਾ। ਬਿਲਕੁਲ ਜੀ, ਜੇਕਰ ਯੂਨੀਕ ਕਲੈਕਸ਼ਨ ਲੈਣਾ ਚਾਹੁੰਦੇ ਜੀ, ਅਸੀਂ ਤੁਹਾਨੂੰ ਇੱਕ ਵਾਰ ਨਹੀਂ, ਅਸੀਂ ਤੁਹਾਨੂੰ ਬਾਰ ਬਾਰ ਕਹਿਣਾ ਵਾ, ਆਪਣੀ ਵੈਡਿੰਗ ਕਲੈਕਸ਼ਨ ਬਣਾਉਣ ਵਾਸਤੇ ਮੇਹਰ ਸਿੰਘ ਸੁਜਾਨ ਸਿੰਘ ਦੀ ਦੁਕਾਨ 'ਤੇ ਆਓ, ਕਿਉਂਕਿ ਵਰਾਇਟੀਆਂ ਯਾਰ ਦਿਲ ਖੁਸ਼ ਹੋ ਜਾਣਾ ਵਾ। ਤੁਸੀਂ ਚਾਹੇ ਲੈਣਾ ਵਾ ਲਹਿੰਗਾ ਭਾਵੇਂ ਲੈਣਾ ਵਾ, ਸ਼ਰਾਰਾ ਭਾਵੇਂ ਲੈਣਾ ਵਾ, ਗਰਾਰਾ ਭਾਵੇਂ, ਤੁਸੀਂ ਸੂਟਾਂ ਦੀ ਕਲੈਕਸ਼ਨ ਬਣਾਉਣੀ ਆ, ਤੁਸੀਂ ਛੇਤੀ ਛੇਤੀ ਗੱਡੀਆਂ ਕੱਢੋ ਅਤੇ ਆ ਜਾਓ, ਕਿਉਂਕਿ ਵਰਾਇਟੀਆਂ ਵਰਾਇਟੀਆਂ ਬਹੁਤ ਲਾਜਵਾਬ ਆ। ਸੋ ਬਿਲਕੁਲ ਜੀ, ਚੱਲਦੇ ਆ, ਕਹਿੰਦੇ ਵਿਸਾਖੀ ਧਮਾਕਾ, ਵਿਸਾਖੀ ਧਮਾਕਾ ਕਰਨ ਜਾ ਰਹੇ ਆ। ਸੋ ਤੁਸੀਂ ਵਰਾਇਟੀਆਂ ਵੇਖੋ ਜਰਾ, ਕਾਟਨ ਵਿਸਾਖੀ ਧਮਾਕਾ। ਵਿਸਾਖੀ ਦੇ ਸ਼ੁਭ ਅਵਸਰ ਦੇ ਵਿੱਚ ਨਾ ਭਾਜੀ, ਇਹ 15 ਦਿਨਾਂ ਦੀ ਅਸੀਂ ਸੇਲ ਲਾਉਂਦੇ ਪਏ, ਲੇਕਿਨ ਸੇਲ ਦੇ ਵਿੱਚ ਭਾਜੀ ਪੀਸ ਅਸੀਂ ਫਰੈਸ਼ ਦੇਣੇ। ਹੁਣ ਤੁਸੀਂ ਐਡ ਲਾਈਨ ਦੇਖੋ ਭਾਜੀ, ਮਾਰਕੀਟ ਦੇ ਵਿੱਚ 510 ਰੁਪਏ ਰੇਟ ਹੈ। ਮੈਨੂੰ ਲੱਗਦਾ ਭਾਜੀ ਇਹ ਪਾਰਸਲ ਹੁਣੇ ਹੀ ਆਏ ਆ, ਜਿਸ ਹਿਸਾਬ ਨਾਲ ਭਾਜੀ ਇਹ ਰੀਸੈਂਟਲੀ ਆਏ। ਇਹਦੇ 'ਚ ਚੁਣਿੰਦਾ ਆਈਟਮ ਅਸੀਂ ਕਸਟਮਰ ਦੇ ਸਾਹਮਣੇ ਪੇਸ਼ ਕਰ ਦੇਵੇ ਭਾਜੀ, ਇਹਦੇ 'ਚ ਤਾਂ ਮੇਰੇ ਕੋਲ ਅਨਲਿਮਿਟਡ ਪੀਸ ਹੈ। ਇਹ ਦੇਖਣਾ ਭਾਜੀ, ਇਹ 510 ਰੁਪਏ ਦਾ ਮਾਰਕੀਟ ਦੇ ਵਿੱਚ ਵਿਕਦਾ ਹੋਇਆ ਭਾਜੀ, ਮੇਰੇ ਸਟੋਰ 'ਤੇ ਆ ਜਾਓ, 345 ਰੁਪਏ ਦਾ ਦਿੱਤਾ ਹੋਇਆ। ਵੇਖੋ ਭਾਜੀ ਕੀ ਗੱਲ ਕਰਨ ਦੇ ਜੀ, 345 ਰੁਪਏ ਦੇ ਵਿੱਚ ਪੱਲਿਓ ਪਾਪਾ ਕੇ ਵੇਚੀ ਜਾ ਰਹੇ ਹੋ ਫਿਰ? 345 ਰੁਪਏ ਦੇ ਵਿੱਚ ਇੱਕ ਡਿਜ਼ਾਈਨ ਨਹੀਂ ਦੇਣਾ ਭਾਜੀ, ਇਹ ਚੈੱਕ ਕਰੋ। ਇਹ ਦੇਖਣਾ ਭਾਜੀ, 345 ਦੇ ਵਿੱਚ ਇਹ ਵੇਖੋ ਭਾਜੀ, ਇਹ ਦੇਖਣਾ, ਇੱਕ ਡਿਜ਼ਾਈਨ ਨਹੀਂ ਦੇਣਾ, ਫਿਰ 100 ਤੋਂ ਪਲੱਸ ਡਿਜ਼ਾਈਨ ਦੇਣਾ ਹੈ। ਦੇਖੋ 345 ਦੇ ਵਿੱਚ, ਇਹ ਚੈੱਕ ਕਰੋ ਭਾਜੀ। ਸੋ ਬਿਲਕੁਲ ਜੀ ਭਾਜੀ, ਕਹਿੰਦੇ ਆ ਤੁਹਾਨੂੰ ਇੱਕ ਡਿਜ਼ਾਈਨ ਹੀ ਦੇਣਾ, ਬਹੁਤ ਹੀ ਜ਼ਿਆਦਾ ਵਰਾਈਟੀਆਂ ਤੁਹਾਨੂੰ ਦੇਣੀਆਂ ਵਾ, ਤੁਹਾਨੂੰ ਖੁਸ਼ ਕਰ ਦੇਣਾ ਵਾ ਅੱਜ ਵਰਾਈਟੀਆਂ ਦਿਖਾ ਦਿਖਾ ਕੇ। ਇਹ ਦੇਖਣਾ, ਮਸਲੀਨ ਦਾ ਮਤਲਬ ਪਿਓਰ 100% ਕਾਟਨ ਹੈ। ਦੇਖਣਾ,
ਇਹ ਸੇਮ ਡਿਜ਼ਾਈਨ ਮਾਰਕੀਟ ਦੇ ਵਿੱਚ 810 ਰੁਪਏ ਦਾ ਵਿਕਦਾ ਹੋਇਆ ਭਾਜੀ, ਮੇਰੇ ਸਟੋਰ ਤੇ ਆ ਜਾਓ, 390 ਰੁਪਏ ਰੇਟ ਹੈ ਮਸਲੀਨ ਦਾ, ਚੈੱਕ ਕਰੋ। ਭਾਜੀ ਕੀ ਗੱਲ ਕਰਨ ਦੇ ਜੀ, 390 ਰੁਪਏ ਦਾ? ਭਾਜੀ 390 ਰੁਪਏ ਦਾ ਦਿੱਤਾ ਤੇ ਫਿਰ ਇੱਕ ਰੰਗ ਨਹੀਂ ਹੈਗੇ ਭਾਜੀ, ਇਹ ਦੇਖੋ ਮਸਲੀਨ ਦੇ ਵਿੱਚ, ਇਹ ਦੇਖੋ ਕਲਰ ਨੰਬਰ 2। ਜੇਕਰ ਤੁਸੀਂ ਮਾਰਕੀਟ ਦੇ ਵਿੱਚ ਆਰਟੀਕਲ ਵੀ ਵੇਖਦੇ ਜੇ ਨਾ ਇਸ ਰੇਂਜ ਦੇ, ਤੇ ਕੁਆਲਿਟੀ ਜਿਹੜੀ ਹੈ ਨਾ ਜ਼ੀਰੋ ਕੁਆਲਿਟੀ ਹੁੰਦੀ ਆ, ਪਰ ਤੁਸੀਂ ਇੱਥੇ ਕੁਆਲਿਟੀ ਵੇਖੋ ਯਾਰ, ਕੁਆਲਿਟੀ ਦਾ ਨਜ਼ਾਰਾ ਵੇਖੇ ਉਹਦਾ ਵਾ। ਰੇਟ 490 ਤੇ ਕੁਆਲਿਟੀ ਜਿਹਨੂੰ ਕਹਿੰਦੇ ਨਾ ਏ ਗ੍ਰੇਡ ਕੁਆਲਿਟੀ, ਉਹ ਚੀਜ਼ਾਂ ਜੀ। ਭਾਜੀ ਸਭ ਤੋਂ ਵੱਡੀ ਗੱਲ, ਵਿਸਾਖੀ ਦੇ ਵਿੱਚ ਸ਼ੁਭ ਦਿਹਾੜੇ ਦੇ ਵਿੱਚ ਜੇ ਅਸੀਂ ਆਫਰ ਲਾਈ 15 ਦਿਨਾਂ ਦੇ ਵਿੱਚ ਸੇਲ ਦਾ ਫਾਇਦਾ ਕਰਾਣਾ ਹਰ ਇੱਕ ਕਸਟਮਰ ਨੂੰ। ਪਤਾ ਕੀ ਚੀਜ਼ ਆ, ਜਿਹੜੇ ਵੀ ਵੀਡੀਓ ਆਪਾਂ ਬਣਾਈ ਦੀ ਆ, ਜਿੱਥੋਂ ਜੇ ਅਸੀਂ ਆਪ ਵਰਾਇਟੀ ਲੈ ਰਹੇ ਹਾਂ, ਤੁਸੀਂ ਆਪ ਅੰਦਾਜ਼ਾ ਲਗਾਓ ਕਿ ਸਾਨੂੰ ਖੁਦ ਕਿੰਨਾ ਨਜ਼ਾਰਾ ਆ ਰਿਹਾ ਹੋਊਗਾ, ਕਿਉਂਕਿ ਵਰਾਇਟੀਆਂ ਸਫਾਈ ਜਿਹੜੀ ਹੈ ਨਾ ਯਾਰ, ਆਹ ਰੰਗ ਵੀ ਆਪਾਂ ਪਾਸੇ ਐਂ ਕਰਕੇ ਰੱਖ ਦੇਣਾ ਵਾ ਕਿ ਅੱਜ ਇਸ ਤਰ੍ਹਾਂ ਦੇ ਆਰਟੀਕਲ ਲੈ ਕੇ ਜਾਣੇ ਆ। ਹੁਣ ਜਿਹੜਾ ਇਹ ਆਰਟੀਕਲ ਦਿਖਾਉਣ ਲੱਗਾ ਨਾ ਭਾਜੀ ਜੀ, ਜੇ ਮੈਂ ਪਰਸਨਲ ਤੌਰ ਤੇ ਗੱਲ ਕਰਾਂ ਨਾ ਭਾਜੀ, ਇਹ ਮੇਰਾ ਫੇਵਰੇਟ ਫੇਵਰੇਟ ਫੈਬਰਿਕ ਹੈ ਭਾਜੀ ਜੀ। ਇਹ ਚੈੱਕ ਕਰੋ ਭਾਜੀ, ਪਿਓਰ ਰੋਮਾਨੀ ਕਾਟਨ ਹੈ, ਇਹਦੇ ਨਾਲ 3 ਮੀਟਰ ਸਲਵਾਰ ਹੈ ਪ੍ਰਿੰਟ, ਨਾਲ ਆਏਗਾ ਕਾਟਨ ਦਾ ਦੁਪੱਟਾ। ਇਹ ਦੇਖਣਾ, ਜੇ ਮੈਂ ਪ੍ਰਾਈਸ ਦੀ ਗੱਲ ਕਰਾਂ ਨਾ ਭਾਜੀ, 1010 ਰੁਪਏ ਦਾ ਮਾਰਕੀਟ ਦੇ ਵਿੱਚ ਵਿਕਦਾ ਪਿਆ, ਸੇਮ ਚੀਜ਼ ਮੇਰੇ ਸਟੋਰ ਤੇ ਆ ਜਾਓ ਭਾਜੀ, 650 ਰੁਪਏ ਪ੍ਰਾਈਸ ਹੈ ਇਹਦਾ। ਸੋ ਵੇਖੋ ਜੀ, 650 ਦੇ ਵਿੱਚ ਕਲਰ ਚਾਰਟ ਵੇਖੋ ਕਿੰਨਾ ਪਿਆਰਾ, ਕਲਰ ਵੇਖੋ ਕਿੰਨੇ ਤੁਹਾਨੂੰ ਮਿਲਨੇ ਆ, ਵੈਰਾਈਟੀ ਵੇਖੋ ਤੁਹਾਨੂੰ ਕਿੰਨੀ ਮਿਲਨੀ ਆ। ਇੱਕ ਜਿਹੜਾ ਇਹ ਆਰਟੀਕਲ ਦਿਖਾਉਣ ਲੱਗਾ ਨਾ ਭਾਜੀ, ਇਹ ਵੀ ਪ੍ਰਫੂਲ ਬ੍ਰਾਂਡ ਦਾ ਹੈਗਾ ਭਾਜੀ। ਇਸ ਵਾਰ ਅਸੀਂ ਬ੍ਰਾਂਡਡ ਆਈਟਮਾਂ ਦੇਣੀ ਭਾਜੀ, ਮਤਲਬ ਕੋਈ ਲੋਕਲ ਆਈਟਮਾਂ ਨਹੀਂ ਦੇਣੀ, ਇਸ ਵਾਰ ਬ੍ਰਾਂਡਡ ਆਈਟਮਾਂ ਦੇਣੀ। ਇਹ ਦੇਖਣਾ ਪ੍ਰਫੂਲ ਬ੍ਰਾਂਡ ਦਾ ਪੀਸ ਹੈ, ਦੁਪੱਟਾ ਇਹਦੇ ਨਾਲ ਆਏਗਾ ਫੁੱਲ ਪਿਓਰ ਦਾ, ਮਾਰਕੀਟ ਦੇ ਵਿੱਚ 2000 ਰੁਪਏ ਰੇਟ ਹੈ, ਮੇਰੇ ਸਟੋਰ ਤੇ ਆ ਜਾਓ, 890 ਰੁਪਏ ਦਾ। ਭਾਜੀ ਬ੍ਰਾਂਡਡ ਕਰਾਂ ਦੇ ਮਾਲ ਪਰਫੂਲ ਦਾ ਤੁਸੀਂ ਕੀ ਕਹਿੰਦੇ ਜੀ 890 ਰੁਪਏ? ਭਾਜੀ ਲੋਗੋ ਲੱਗਾ, ਕੋਈ ਧੋਖੇ ਵਾਲਾ ਕੰਮ ਨਹੀਂ ਰੱਖਿਆ ਭਾਜੀ, ਲੋਗੋ ਲੱਗਾ ਹੋਇਆ ਦੇਖੋ, ਇਹਦੇ 'ਚ 4 ਕਲਰ ਹੈਗੇ, ਫਿਰ ਇੱਕ ਡਿਜ਼ਾਈਨ ਹੈ ਭਾਜੀ, ਵੀਡੀਓ ਦੇ ਵਿੱਚ ਸਾਰੀ ਚੀਜ਼ਾਂ ਅਸੀਂ ਦਿਖਾ ਨਹੀਂ ਸਕਦੇ, ਇੱਕ ਡਿਜ਼ਾਈਨ ਹੈ, ਫਿਰ ਮੇਰੇ ਸਟੋਰ ਤੇ ਆ ਜਾਓ ਭਾਜੀ, ਇਹਦੇ 'ਚ ਮੇਰੇ ਕੋਲ 20 ਤੋਂ ਪਲੱਸ ਡਿਜ਼ਾਈਨ ਆਏ, ਹਰ ਇੱਕ ਡਿਜ਼ਾਈਨ ਦੇ ਵਿੱਚ 4-4 ਕਲਰ ਮਿਲਣਗੇ ਭਾਜੀ। ਇਹ ਕਲਰ ਦਾ ਨਜ਼ਾਰਾ ਵਾਹ ਜੀ ਵਾਹ, ਇਹ ਕਮਾਲਾਂ ਤੇ ਪੂਰੀਆਂ ਧਮਾਲਾਂ ਵਾ, ਤੇ ਰੇਟ ਬੜੇ ਪਿਆਰੇ ਆ, ਤੁਸੀਂ ਕਲਰ ਵੇਖੋ ਵਾਹ ਜੀ ਵਾਹ। ਸੇਮ ਚੀਜ਼ ਮੈਂ ਹਾਰਾ ਦਾ ਬ੍ਰਾਂਡ ਹੈ ਮਾਲ ਦੇ ਵਿੱਚ ਗਿਆ ਸੀ ਭਾਜੀ, ਸੇਮ ਹਾਰਾ ਦਾ ਬ੍ਰਾਂਡ ਹੈ, ਬ੍ਰਾਂਡ ਦੇ ਵਿੱਚ ਉੱਥੇ ਜਾ ਕੇ ਜਦੋਂ ਮੈਂ ਪ੍ਰਾਈਸ ਪੁੱਛਿਆ ਨਾ ਭਾਜੀ, ਕੋਈ ਮਲੈ ਨਹੀਂ, ਗੱਲਾਂ ਦਾ ਕੜਾ ਬਣਾਉਂਦਾ ਪਿਆ, 1810 ਰੁਪਏ ਦਾ ਵਿਕਦਾ ਪਿਆ। ਇਹੀ ਚੀਜ਼ ਅਸੀਂ 810 ਰੁਪਏ ਦੀ ਲੈਂਦੇ ਭਾਜੀ, ਉਹ ਵੀ ਫੈਬਰਿਕ ਉਹਨਾਂ ਕੋਲ ਉਹ ਨਹੀਂ ਸੀ ਜੋ ਮੇਰੀ ਸ਼ਾਪ ਦੇ ਵਿੱਚ ਫੈਬਰਿਕ ਹੈ। ਵੇਖੋ ਭਾਜੀ ਨੈਕਸਟ ਆਰਟੀਕਲ, ਨੈਕਸਟ ਆਰਟੀਕਲ ਦੀ ਗੱਲ ਕਰਾਂ ਨਾ ਭਾਜੀ, ਇਹ ਦੇਖਣਾ ਭੈਣਾ ਮੇਰੇ ਕੋਲ ਆਉਂਦੀ, ਇੰਸਟਾਗ੍ਰਾਮ ਦੇ ਵਿੱਚ ਫੋਟੋਆਂ ਦਿਖਾਉਂਦੀ, ਕਹਿੰਦੀ ਭਾਜੀ ਮੈਨੂੰ ਇਦਾਂ ਦੇ ਆਰਟੀਕਲ ਸਿਖਾਓ, ਅਸੀਂ ਇੰਸਟਾਗ੍ਰਾਮ ਦੇ ਵਿੱਚ ਕਮਾਲ ਵਾਲੇ ਡਿਜ਼ਾਈਨ ਦੇਖਦੇ ਪਏ। ਮੈਂ ਕਿਹਾ ਭੈਣੇ ਕਿੰਨੇ ਦਾ ਵੇਖਿਆ? ਇਹ ਦੇਖਣਾ ਭਾਜੀ, ਪਹਿਲਾਂ ਇਹਦਾ ਸ਼ਰਾਰਾ ਚੈੱਕ ਕਰੋ ਭਾਜੀ, ਇਹ ਦੇਖਣਾ। ਮੈਂ ਜਦੋਂ ਉਹਨਾਂ ਨੂੰ ਪੁੱਛਿਆ ਨਾ ਕਿ ਭੈਣੇ ਕਿੰਨੇ ਦਾ ਪ੍ਰਾਈਸ ਹੈਗਾ ਲਾ, ਕਹਿੰਦੇ ਕਿ ਅਸੀਂ 7200 ਰੁਪਏ ਦਾ ਦੇਖਿਆ। ਜਦੋਂ ਮੈਂ ਭਾਜੀ ਸੇਮ ਆਰਟੀਕਲ ਆਪਣੀ ਸ਼ਾਪ ਦੇ ਵਿੱਚ ਦੇਤਾ ਨਾ 2500 ਰੁਪਏ ਦਾ, ਜੀ ਉਹਨਾਂ ਦੇ ਹੋਸ਼ ਉੱਡ ਗਏ ਭਾਜੀ। ਭਾਜੀ ਇਹ 2500 ਰੁਪਏ ਦਾ ਭਾਜੀ, ਐਡ ਲਾਈਨ ਜਿਹੜਾ ਹੈਗਾ ਨਾ ਮੇਰੇ ਕੋਲ 2200 ਰੁਪਏ ਤੋਂ ਸ਼ੁਰੂ ਹੋ ਜਾਂਦਾ, ਲੇਕਿਨ ਜਿਹੜਾ ਇਹ ਆਰਟੀਕਲ ਦਿਖਾਉਣ ਲੱਗਾ ਨਾ ਭਾਜੀ, ਓਰੀਜਨਲ ਆਰਟੀਕਲ ਹੈ, 10000 ਰੁਪਏ ਦਾ ਮਾਰਕੀਟ ਦੇ ਵਿੱਚ ਵਿਕਦਾ ਪਿਆ, ਮੇਰੇ ਕੋਲ ਆ ਜਾਓ ਭਾਜੀ, ਇਹ ਵੀ 2990 ਰੁਪਏ ਦਾ ਲੱਗੇਗਾ। 2990 ਰੁਪਏ ਦਾ ਤੇ ਆਹ ਆਰਟੀਕਲ? ਹਾਂਜੀ ਭਾਜੀ, ਇਹ ਦੇਖੋ ਇਹ ਆਰਟੀਕਲ 2990 ਰੁਪਏ ਦਾ, ਪੂਰਾ ਸ਼ਰਾਰਾ ਬਣਿਆ ਭਾਜੀ, ਚੈੱਕ ਕਰ ਲਓ, ਸੋ ਵੀ ਸ਼ਰਾਰੇ ਦੇ ਪੋਂਚੇ ਨਹੀਂ ਬਣੇ। ਇਹ ਦੇਖੋ ਭਾਜੀ 3 ਮੀਟਰ ਫੈਬਰਿਕ ਹੈ ਭਾਜੀ, 3 ਮੀਟਰ ਫੈਬਰਿਕ ਦੇ ਉੱਤੇ ਅਸੀਂ ਐਮਬਰੋਇਡਰੀ ਕਰਵਾਉਂਦੇ ਪਏ ਭਾਜੀ। ਸੋ ਦੇਖੋ ਜੀ, ਤੁਸੀਂ ਸਕਰੀਨਸ਼ਾਟ ਮਾਰ ਲਓ, ਕਿੰਨਾ ਪਿਆਰਾ ਆਰਟੀਕਲ ਹੈ ਇਸ ਰੇਂਜ ਦੇ ਵਿੱਚ, ਇਹ ਆਰਟੀਕਲ ਤੁਹਾਨੂੰ ਕਿਤੋਂ ਨਹੀਂ ਜੇ ਮਿਲਣਾ, ਬਹੁਤ ਹੀ ਪਿਆਰੇ ਪਿਆਰੇ ਆਰਟੀਕਲ, ਬਹੁਤ ਹੀ ਇਹਦਾ ਲਗਜ਼ਰੀ ਆਰਟੀਕਲ। ਭਾਜੀ ਨਾ ਭਾਜੀ, ਡਿਜ਼ਾਈਨ ਬੜੇ ਬੜੇ ਸੋਹਣੇ ਹੈਗੇ, ਲੇਕਿਨ ਤੁਹਾਡੇ ਨਾਲ ਪ੍ਰੋਮਿਸ ਹੈਗਾ, ਇਹ ਵੀ ਡਿਜ਼ਾਈਨ ਤੁਹਾਨੂੰ ਬਹੁਤ ਸਰਪ੍ਰਾਈਜ਼ ਦੇ ਵਿੱਚ ਦਵਾਂਗੇ। ਇਹ ਦੇਖਣਾ ਦੁਪੱਟੇ ਦਾ ਸਟਾਈਲ ਚੈੱਕ ਕਰਨਾ, ਇਹ ਦੇਖਣਾ ਭਾਜੀ, ਦੇਖੋ ਜੀ ਆ ਹੁੰਦੀਆਂ ਵਾ ਡਿਜ਼ਾਈਨਰ ਚੀਜ਼ਾਂ, ਤੁਸੀਂ ਦੁਪੱਟੇ ਦੇਖੋ ਯਾਰ, ਇਸ ਤਰ੍ਹਾਂ ਦੇ ਦੁਪੱਟੇ ਹੀ ਨਹੀਂ ਤੁਹਾਨੂੰ ਮਾਰਕੀਟ ਦੇ ਵਿੱਚੋਂ ਮਿਲਨੇ, ਤੁਸੀਂ ਆਰਟੀਕਲ ਵੇਖੋ ਯਾਰ। ਭਾਜੀ ਇਹ ਜਿਹੜੇ ਟੇਸਟ ਦਿਖਾਉਂਦਾ ਪਿਆ ਨਾ ਸਰ, ਇਹ ਟੀਚਰ, ਡਾਕਟਰ, ਐਡਵੋਕੇਟ, ਇਹ ਦੇਖਣਾ ਇਹ ਉਹਨਾਂ ਦੇ ਟੇਸਟ ਹੈਗੇ ਭਾਜੀ, ਫਿਰ ਦੁਪੱਟੇ ਕੋਈ ਆਮ ਨਹੀਂ ਹੈਗੇ ਜੀ, ਦੁਪੱਟੇ ਦੇ ਸਟਾਈਲ ਵੀ ਬੜੇ ਬੜੇ ਸੋਹਣੇ ਹੈਗੇ। ਹੁਣ ਫੈਬਰਿਕ ਚੈੱਕ ਕਰੋ ਭਾਜੀ, ਇਹ ਔਰਗੈਂਜਾ ਸਿਲਕ ਹੈ, ਕੋਈ ਆਮ ਫੈਬਰਿਕ ਨਹੀਂ, ਫਿਰ ਦੁਪੱਟੇ ਦੀ ਗੱਲ ਕਰਾਂ ਨਾ ਭਾਜੀ, ਇਹ ਦੇਖਣਾ ਦੁਪੱਟੇ ਦਾ ਸਟਾਈਲ ਬੜਾ ਪਿਆਰਾ ਬਣਿਆ, ਇਹ ਚੈੱਕ ਕਰਨਾ, ਇਹ ਪ੍ਰਫੂਲ ਬ੍ਰਾਂਡ ਦਾ ਹੈਗਾ। ਜੇ ਮੈਂ ਡਿਜ਼ਾਈਨ ਦੀ ਗੱਲ ਕਰਾਂ ਨਾ ਭਾਜੀ, ਇਹ ਸੇਮ ਡਿਜ਼ਾਈਨ ਮਾਰਕੀਟ ਦੇ ਵਿੱਚ 10-10000 ਰੁਪਏ ਦੇ ਵਿਕਦੇ, ਮੇਰੇ ਸਟੋਰ ਤੇ ਆ ਜਾਓ, ਇਹਨਾਂ ਦੇ ਵੀ ਡਿਸਕਾਊਂਟ ਕਰਕੇ ਅਸੀਂ ਦਵਾਂਗੇ। ਲੋਕੇਸ਼ਨ ਭਾਜੀ ਸਭ ਤੋਂ ਵੱਡੀ ਗੱਲ ਹੈ, ਤੁਹਾਨੂੰ ਤੁਸੀਂ ਪਹਿਲਾਂ ਚੈੱਕ ਕਰੋ ਭਾਜੀ, ਲੱਖਾਂ ਚੀਜ਼ਾਂ ਸਾਡੇ ਸਟੋਰ ਦੇ ਵਿੱਚ ਮਿਲ ਜਾਏਗੀ, ਤੁਸੀਂ ਚੈੱਕ ਕਰ ਲਓ ਭਾਜੀ ਜੀ। ਮਤਲਬ ਕਿ ਜਿਹੜੀ ਭੈਣ ਨੇ ਇੱਕ ਸੂਟ ਲੈਣਾ, ਜਿਹੜੀ ਭੈਣ ਨੇ ਦਾਜਵਰੀ ਦਾ ਕੱਪੜਾ ਬਣਾਉਣਾ, ਤੇ ਜਿਹੜੀ ਭੈਣਾਂ ਨੇ ਬੁਟੀਕਾਂ ਵਾਸਤੇ ਕੱਪੜੇ ਬਣਾਉਣੇ ਜੀ, ਇਹ ਦੇਖ ਲਓ ਭਾਜੀ, ਤੁਸੀਂ ਲੋਕੇਸ਼ਨ ਚੈੱਕ ਕਰ ਲਓ ਭਾਜੀ, ਸਾਰੀ ਚੀਜ਼ਾਂ ਸਾਡੇ ਕੋਲ ਇੱਕ ਛੱਤ ਥੱਲੇ ਤੁਹਾਨੂੰ ਮਿਲ ਜਾਏਗੀ, ਇਹ ਤੁਸੀਂ ਦੇਖ ਲਓ ਭਾਜੀ। ਸੋ ਬਿਲਕੁਲ ਜੀ, ਬਹੁਤ ਵੱਡਾ ਸਟੋਰ ਆ, ਤੁਸੀਂ ਦੇਖ ਸਕਦੇ ਜੇ ਕਿ ਜੇਕਰ ਗੱਲ ਕੀਤੀ ਜਾਵੇ A to Z
शोरूम दिखाइए जी आप जो मैं लोकेशन की गल करा ना तुसी देख लो जी प्रॉपर लोकेशन असी दिखावांगे बिल्कुल नेड़े हरमंदर साहब का गुरुद्वारा साहब है बिल्कुल नेड़े बाबा दीप सिंह गुरुद्वारा साहब है जी बिल्कुल असी सेंटर दे गए भाजी तुसी देख लो मेयर सिंह सुजान सिंह